Hey guys, welcome back to our channel. मैं वरिंदर ते मैं रविंदर अज आपां जा रहे हां अपनी नवी कार दे विच दरबार साहिब मत्था टेकन दर्शन करन जा रहे हां अमृत साहिब मत्था रास्ते च खांदे पींदे जावांगे मजे करदे जावांगे बाबा जी नूं प्रणाम करांगे अपने चैनल वास्ते ते तुहाडे सारे दी सुख शांति वास्ते अरदास करांगे पूरे मजे करांगे कल नूं छड्डन छोड़ा है काम वी अमृतसर च ਉਹ ਵੀ ਬਸ ਤੁਸੀਂ ਦੁਆ ਕਰਿਓ ਕਿ ਸਾਡਾ ਉਹ ਵੀ ਕੰਮ ਜਲਦੀ ਜਲਦੀ ਸਹੀ ਹੋਵੇ ਤੇ ਤੁਹਾਨੂੰ ਹੋਰ ਨਵੀਆਂ ਜਾਣਕਾਰੀਆਂ ਦਿੱਤੀਆਂ ਜਾਣਗੀਆਂ ਬਹੁਤ ਵਧੀਆ ਵਧੀਆ ਪੂਰੇ ਮਜ਼ੇ ਕਰਾਂਗੇ ਪੂਰੇ ਮਜ਼ੇ ਭਾਈ ਤਾਂ ਰਾਤ ਨੂੰ ਨਿਕਲੇ ਆ ਵੀ 2:30 ਵਜੇ ਦਰਬਾਰ ਸਾਹਿਬ ਸਫਾਈ ਹੋਣ ਤੋਂ ਬਾਅਦ ਕਿਵਾੜ ਖੁੱਲਦੇ ਆ ਨਾ ਦਰਵਾਜ਼ੇ ਤਾਂ ਉਦੋਂ ਉਦੋਂ ਮੱਥਾ ਟੇਕਾਂਗੇ ਫੁੱਲ ਮਜ਼ਾ ਕਰਾਂਗੇ ਇੰਜੋਏ ਕਰਾਂਗੇ ਪੂਰੀ ਗੱਲ ਬਾਤ ਹੁਣ ਪਹਿਲਾਂ ਅਸੀਂ ਕਿਤੇ ਜਾਵਾਂਗੇ ਖਾਵਾਂਗੇ ਪੀਵਾਂਗੇ ਫੇਰ ਮੁੜ ਕੇ ਘਰੋਂ ਨਿਕਲਦੇ ਨਿਕਲਦੇ ਬਹੁਤ ਟਾਈਮ ਲਾ ਜਾਂਦਾ ਕੱਪੜੇ ਪਾਉਂਦਾ ਸਲਿਮ ਟ੍ਰਿਮ ਜਿਹਾ ਜਿਵੇਂ ਜੀਰੋ ਫਿਗਰ ਚੱਕੀ ਫਿਰਦਾ ਹੁੰਦਾ ਜੀਰੋ ਹੀ ਆ ਜੀਰੋ ਹੀ ਆ ਕਹਦਾ ਜੀਰੋ ਇੱਕੋ ਹੀ ਜੀਰੋ ਮੂਹਰੇ ਬਣੀ ਹੋਈ ਢਿੱਡ ਦੇ ਇਕੱਲੀ ਐਕਚੁਅਲੀ ਗੱਲ ਪਤਾ ਕੀ ਆਹ ਬਲੌਗ ਇੰਨੀ ਲੇਟ ਕਿਉਂ ਆਉਣ ਲੱਗਿਆ ਤੁਹਾਡੇ ਕੋਲ ਕਿਉਂਕਿ ਆਹ ਬੰਦਾ ਨਾ ਮੈਨੂੰ 5 ਦਿਨਾਂ ਤੋਂ ਲਗਾਤਾਰ ਕਹਿ ਰਿਹਾ ਅੱਜ ਰਾਤੀ ਆਣਾ ਅੱਜ ਨਿਕਲ ਜਾਣਾ ਆਪਾਂ ਇਸ ਲਈ ਅੱਜ ਮੈਂ ਬਿਲਕੁਲ ਤਿਆਰ ਹੀ ਨਹੀਂ ਰਿਹਾ ਮੈਂ ਆਪਣੀ ਗਲਤੀ ਮੰਨਦਾ ਵੀ ਮੇਰੀ ਵਜ੍ਹਾ ਨਾਲ ਇਹ ਬਲੌਗ ਲੇਟ ਹੋ ਰਿਹਾ ਮੇਰਾ ਸ਼ਡਿਊਲ ਬਹੁਤ ਬਿਜ਼ੀ ਸੀਗਾ ਅੱਜ ਵੀ ਮੈਂ ਬਹੁਤ ਬਿਜ਼ੀ ਸੀਗਾ ਤੇ ਮੀਟਿੰਗ ਖਤਮ ਕਰਕੇ 6:30-7 ਵਜੇ ਮੈਂ ਫ੍ਰੀ ਹੋਇਆ ਨਹੀਂ ਤੇਰੇ ਕਹਿਣ ਦਾ ਕਿਵੇਂ ਦਾ ਮੈਂ ਵਿਹਲਾ ਵਾਂ ਨਹੀਂ ਤੂੰ ਵੀ ਬਿਜ਼ੀ ਹੈਗਾ ਵਾ ਵੀਰੇ ਪਰ ਤੇਰਾ ਕੰਮ ਜਿਹੜਾ ਫੋਟੋਗ੍ਰਾਫੀ ਦਾ ਨਾ ਉਹ ਸੀਜ਼ਨੇਬਲ ਆ ਸੀਜ਼ਨੇਬਲ ਕੀ ਹੁਣ ਸੀਜ਼ਨ ਤਾਂ ਚੱਲ ਹੀ ਰਿਹਾ ਵਾ ਕਿਹੜਾ ਖਤਮ ਹੋ ਗਿਆ ਵਾ ਠੀਕ ਆ ਮੰਨ ਲਿਆ ਪਰ ਫਿਰ ਵੀ ਨਾ ਹੁਣ ਮੇਰਾ ਤਾਂ ਤੈਨੂੰ ਪਤਾ ਹੀ ਆ ਫਿਰ 365 ਦਿਨ ਕੰਮ ਆ ਹਨਾ ਚਲੋ ਬਾਬਾ ਮੇਰੇ ਇੱਦੇ ਰੱਖੇ ਤੇਤੇ ਵੀ ਤੇਰਾ ਵੀ ਕੰਮ ਤਾਂ ਚੱਲਣਾ ਤੇਰਾ ਵੀ 365 ਦਿਨ ਚੱਲੇ ਆਪਣਾ YouTube ਵਾਲਾ ਕੰਮ ਦੇਖੋ ਕੰਮ ਪਹਿਲਾਂ ਵਾਹਣਾ ਉਹ ਤੋਂ ਘਰ ਚੱਲਣੇ ਆ ਸਿੱਧੀ ਜੀ ਗੱਲ ਆ ਇਹ ਤਾਂ ਅਸੀਂ ਸ਼ੁਗਲ ਮੇਲਾ ਕਰਦੇ ਆ ਇੰਜੋਏ ਕਰਦੇ ਆ ਫੁੱਲ ਮਜ਼ੇ ਕਰਦੇ ਆ ਵੀ ਸਾਨੂੰ ਵੀ ਕੋਈ ਜਾਣੇ ਪਹਿਚਾਣੇ ਮਜ਼ੇ ਲਈਏ ਸਾਨੂੰ ਜੁਆਇਨ ਵੀ ਕਰੋ ਯਾਰ ਕੋਈ ਦਿੱਕਤ ਨਹੀਂ ਅਸੀਂ ਸਾਨੂੰ ਕਮੈਂਟਸ ਵਿੱਚ ਤੁਸੀਂ ਸੁਜੈਕਟਸ ਕਰ ਸਕਦੇ ਹੋ ਕਿ ਜੇ ਕਿਸੇ ਨੇ ਜਾਣਾ ਹੋਵੇ ਕਿਸੇ ਪਾਸੇ ਅੱਗੇ ਤੋਂ ਆਪਾਂ ਦੱਸਿਆ ਕਰਾਂਗੇ ਵੀ ਅਸੀਂ ਕਿੱਥੇ ਜਾਣਾ ਵਾ ਕਿੱਥੋਂ ਦਾ ਪਲਾਨ ਆ ਡੇਟ ਫਾਈਨਲ ਕਰਿਆ ਕਰਾਂਗੇ ਕਿਸੇ ਨੇ ਵੀ ਜਾਣਾ ਹੋਵੇ ਸਾਨੂੰ ਦੱਸ ਸਕਦਾ ਸਾਰਾ ਖਰਚਾ ਸਾਡਾ ਹੋਊਗਾ ਅਸੀਂ ਕਿਸੇ ਨੂੰ ਕੋਈ ਉਹ ਨਹੀਂ ਕਵਾਂਗੇ ਵੀ ਇਦਾਂ ਵੀ ਜਾਂ ਕੋਈ ਗੱਲ ਖਰਚ ਵਾਲੀ ਗੱਲ ਸਾਰਾ ਕੁਝ ਸਾਡਾ ਹੋਊਗਾ 1 ਰੁਪਈਆ ਨਹੀਂ ਲਿਆ ਜਾਊਗਾ ਕਿਸੇ ਤੋਂ ਬਸ ਪਿਆਰ ਲਿਆ ਜਾਊਗਾ ਤੇ ਪਿਆਰ ਵੰਡਿਆ ਜਾਊਗਾ ਅਸੀਂ ਆਪਣੇ ਅਕਾਊਂਟ ਵਿੱਚ ਵੀਡੀਓ ਵਿੱਚ ਤੁਹਾਨੂੰ ਆਪਣੇ ਇੰਸਟਾ ਦੀ ਆਈਡੀਆਂ ਸੈਂਡ ਕਰ ਦਾਂਗੇ ਹਾਂ ਡਿਸਕ੍ਰਿਪਸ਼ਨ ਵਿੱਚ ਪਾ ਦਾਂਗੇ ਡਿਸਕ੍ਰਿਪਸ਼ਨ ਵਿੱਚ ਪਾ ਦਾਂਗੇ ਉਦਾਂ ਵੀ ਆਪਾਂ ਉਹ ਬਲੌਗ ਦੇ ਉੱਤੇ ਲਾ ਦਾਂਗੇ ਹੈਸ਼ਟੈਗ ਵਗੈਰਾ ਨਾ ਸਭ ਕੁਝ ਤੇ ਤੁਸੀਂ ਉੱਥੋਂ ਸਾਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ ਜਾਂ ਸਾਡੇ ਨਾਲ ਕੰਟੈਕਟ ਕਰਨਾ ਹੋਇਆ ਅਸੀਂ ਆਪਣਾ ਈਮੇਲ ਵੀ ਪਾ ਦਾਂਗੇ ਅੱਜ ਦੀ ਮੀਟਿੰਗ ਬਹੁਤ ਵਧੀਆ ਲਈ ਉਹ ਬੰਦੇ ਨੇ ਮੀਟਿੰਗ ਚ ਲੰਚ ਪਤਾ ਕਿੱਥੇ ਕਰਾਇਆ ਯਾਰ ਉਹਨੇ ਵਾਟਰਫਾਲ ਹੋ ਗਏ ਸਭ ਕੁਛ ਉੱਥੇ ਅਮਿਊਜ਼ਮੈਂਟ ਪਾਰਕ ਚ ਹੈਗਾ ਸਿਰਫ ਤੇ ਸਿਰਫ 1200 ਰੁਪਇਆ ਪਰ ਪਰਸਨ ਇਨਕਲੂਡਿੰਗ ਲੰਚ ਲੰਚ 1200 ਰੁਪਇਆ ਇਸ ਤੋਂ ਸਸਤਾ ਗਾਈਸ ਕੀ ਜੇ ਤੁਸੀਂ ਕਹੋਗੇ ਕਿ ਅਸੀਂ ਟੂਰ ਕੋਈ ਉੱਥੇ ਦਾ ਆਰਗੇਨਾਈਜ਼ ਕਰੀਏ ਕਿਤੇ ਐਡਵੈਂਚਰ ਸਾਈਟ ਦਾ ਜਾਂ ਕਿੱਦਾਂ ਮਰਜ਼ੀ ਉਹ ਵੀ ਆਪਾਂ ਕਰ ਸਕਦੇ ਆ ਉਹ ਅਸੀਂ ਕਰ ਦਾਂਗੇ ਐਕਚੁਅਲੀ ਮੈਂ ਟੂਰ ਦਾ ਵੀ ਕੰਮ ਕਰਦਾ ਰਿਹਾ ਵਾਂ ਤੇ ਹੁਣ ਵੀ ਜਾਂਦੇ ਆ ਗਰਮੀਆਂ ਵਿੱਚ ਜਾਂਦੇ ਆ ਲੋਕਡਾਊਨ ਕਰਕੇ ਟੂਰਿੰਗ ਦਾ ਕੰਮ ਘਟ ਗਿਆ ਸੀਗਾ ਆਪਣੀ ਹਨਾ ਤੇ ਇਦਾਂ ਹੀ ਚਲੋ ਹੁਣ ਅਸੀਂ ਜਾ ਰਹੇ ਆ ਰਸਤੇ ਵਿੱਚ ਹੈਗੇ ਆ ਤੇ ਜਾਵਾਂਗੇ ਹੁਣ ਬਾਪੂ ਜੀ ਦਾ ਫੋਨ ਆ ਗਿਆ ਤਾਂ ਕਰਕੇ ਵਲੌਗ ਥੋੜਾ ਜਿਹਾ ਰੋਕਣ ਲੱਗੇ ਆ ਆਹ ਦੇਖੋ ਜੀ ਆਹ ਦੇਖੋ ਪੂਰੀ ਪਿਆਰ ਮੁਹੱਬਤ ਚਿਪਕ ਚਿਪਕ ਕੇ ਜਾਇਆ ਜਾ ਰਿਹਾ ਦਰਅਸਲ ਨਾ ਸਾਡੇ ਨਹੀਂ ਨਹੀਂ ਮੱਚਣ ਵਾਲੀ ਕੋਈ ਗੱਲ ਨਹੀਂ ਆ ਸਾਡੇ ਸ਼ਹਿਰ ਲੁਧਿਆਣੇ ਦੇ ਵਿੱਚ ਨਾ ਸਾਰੇ ਕਿਤੇ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਸੋ ਦੈਟ ਇਸ ਕਰਕੇ ਅਸੀਂ ਰਾਤ ਨੂੰ ਨਿਕਲਿਆ ਦਿਨੇ ਨਾ ਟ੍ਰੈਫਿਕ ਦੀ ਬਹੁਤ ਪ੍ਰੋਬਲਮ ਆਉਂਦੀ ਆ ਪਰ ਇੰਨਾ ਸਾਨੂੰ ਪਤਾ ਵੀ ਆਉਣ ਵਾਲੇ 2 ਸਾਲਾਂ ਦੇ ਵਿੱਚ ਇਸ ਸ਼ਹਿਰ ਦੀ ਨੁਹਾਰ ਬਦਲਤੀ ਜਾਊਗੀ ਪੂਰੀ ਇਹ ਦੁਰਗਾ ਮਾਤਾ ਮੰਦਿਰ ਆ ਜੀ ਅਸੀਂ ਪਹੁੰਚ ਚੁੱਕੇ ਹਾਂ ਰੇਲਵੇ ਸਟੇਸ਼ਨ ਦੇ ਕੋਲ ਆਪਾਂ ਪਹੁੰਚ ਚੁੱਕੇ ਹਾਂ ਜੀ ਜਗਰਾਓਂ ਪੁਲ ਸਾਡੇ ਸ਼ਹਿਰ ਦਾ ਕਲੌਕ ਟਾਵਰ ਜਿਹਦੇ ਕਰਕੇ ਇਸ ਸ਼ਹਿਰ ਦੀ ਪਹਿਚਾਣ ਆ ਇਹਨੂੰ ਘੰਟਾ ਘਰ ਵੀ ਘੰਟਾ ਘਰ ਕਿਹਾ ਜਾਂਦਾ ਇੱਕ ਫਿਲਮ ਵੀ ਸੀਗੀ ਮੈਂ ਤੁਹਾਨੂੰ ਨਾਮ ਦੱਸੂੰਗਾ ਸੋਚ ਕੇ ਉਹਦੇ ਉੱਤੇ ਧਰਮਿੰਦਰ ਨੇ ਇੱਥੇ ਖੜ ਕੇ ਪੂਰੀ ਰਿਕਸ਼ੇ ਵਾਲੀ ਦੀ ਐਕਟਿੰਗ ਕੀਤੀ ਸੀਗੀ ਇੱਥੇ ਪ੍ਰੋਪਰ
ਬਸ ਇਹ ਪੁਲ ਦਾ ਬਣਨ ਦਾ ਸਾਨੂੰ ਇੰਨਾ ਸਹਾਰਾ ਹੋਇਆ ਕਿ ਅਸੀਂ ਬਾਹਰ ਈਜ਼ੀਲੀ ਨਿਕਲ ਜਾਂਦੇ ਹਾਂ। 2010 ਦਾ ਬਾਅਦ ਸੌ ਰੁਪਏ ਹੋ ਗਿਆ ਤੁਹਾਡਾ ਪੈਟਰੋਲ, ਕਿੱਥੇ ਆ? 99 ਰੁਪਏ 72 ਪੈਸੇ। ਹਾਂ ਕਦੋਂ ਹੋਇਆ? 3-4 ਦਿਨਾਂ ਤੋਂ ਚੱਲ ਰਿਹਾ। ਹਾਂਜੀ ਅਸੀਂ ਆ ਗਏ ਹਾਂ ਫਿਰ ਇੱਥੇ ਢਾਬੇ 'ਤੇ। ਹੁਣ ਤੁਹਾਨੂੰ ਅਸੀਂ ਢਾਬਾ ਦਿਖਾਉਣ ਜਾ ਰਹੇ ਹਾਂ, ਰੋਟੀ ਪਾਣੀ ਖਾਵਾਂਗੇ ਇੱਥੇ ਅਤੇ ਫਿਰ ਅਸੀਂ ਅੱਗੇ ਆਪਣੀ ਯਾਤਰਾ ਸ਼ੁਰੂ ਕਰਾਂਗੇ ਜੀ ਹੁਣ। ਠੀਕ ਹੈ ਜੀ, ਆਹ ਦੇਖੋ ਜੀ ਪ੍ਰੀ ਵੈਸ਼ਨ ਢਾਬਾ, ਰੋਟੀ ਸਵਾਦ ਹੁੰਦੀ ਹੈ ਇਹਦੀ ਕਹਿੰਦੇ। ਬਾਕੀ ਦੇਖਦੇ ਹਾਂ, ਤੁਹਾਨੂੰ ਢਾਬੇ ਦੇ ਦਰਸ਼ਨ ਕਰਾ ਦਈਏ ਇੱਕ ਵਾਰ ਪੂਰੇ ਦੇ। ਆਹ ਦੇਖੋ ਕਿੰਨਾ ਕੁਛ ਸਵੀਟਸ ਵੀ ਹੈਗੇ ਆ ਇੱਥੇ, ਨਿਆਰੀ ਆ ਵੀ ਹੈਗਾ ਵਾ ਇੱਥੇ, ਸਾਰਾ ਕੁਛ ਖਾਣ ਪੀਣ ਦਾ ਸਨੈਕਸ ਵਗੈਰਾ ਤੁਹਾਡੇ ਕਾਫੀ ਹੋ ਜਾਣਗੇ ਇੱਥੇ। ਇੱਥੇ ਕਾਫੀ ਕੁਛ ਹੈਗਾ ਮਤਲਬ ਕਿ ਕਹਿਣਾ। ਆਹ ਦੇਖੋ ਇੱਥੇ ਕਿੰਨੇ ਲੋਕ ਆਏ ਹੋਏ ਆ ਖਾਣ ਪੀਣ ਲਈ, ਵੱਡੇ ਵੱਡੇ ਸਿੰਗਰ ਆਏ ਆ ਇੱਥੇ, ਆਪ ਦੇਖ ਸਕਦੇ ਹੋ। ਜਿੱਦਾਂ ਦੇਖੋ ਜੀ, ਦੇਖੋ ਹਰੇਕ ਸਿੰਗਰ ਆਇਆ ਹੋਇਆ ਇੱਥੇ ਲਗਭਗ ਪੰਜਾਬ ਦਾ। ਦੇਖੋ ਜੀ ਬਹੁਤ ਸਾਰੀਆਂ ਫੋਟੋ ਲੱਗੀਆਂ ਹੋਈਆਂ ਇੱਥੇ, ਹਰਭਜਨ ਮਾਨ, ਗੁਰਦਾਸ ਮਾਨ, ਬੱਬੂ ਮਾਨ ਸਾਰੇ ਆਏ ਹੋਏ ਆ ਜੀ ਇੱਥੇ। ਸਿਟਿੰਗ ਏਰੀਆ ਬਹੁਤ ਵਧੀਆ ਵਾ ਇਹਨਾਂ ਦਾ, ਦੇਸੀ ਲੁੱਕਾ ਪ੍ਰੋਪਰ ਵਧੀਆ ਲੱਗ ਰਿਹਾ ਵਾ। ਨੋਨ ਵੈਜ ਨਹੀਂ ਹੁੰਦਾ ਇੱਥੇ, ਵੈਸ਼ਨੋ ਢਾਬਾ ਵਾ ਪ੍ਰੋਪਰ ਸਹੀ ਹੈ। ਪਰੌਂਠੇ ਸਵਾਦ ਹੁੰਦੇ ਆ ਇੱਥੇ ਦੇ, ਅਤੇ ਆਹ ਭਾਜੀ ਉਹਨਾਂ ਦੇ ਢਾਬੇ ਦੇ ਉਹਨਾਂ ਨੇ, ਕੀ ਨਾਮ ਹੈ ਭਾਜੀ ਆਪਣਾ? ਸਰਪਨ। ਫਰੀ ਢਾਬਾ ਤੇ ਤੁਹਾਨੂੰ ਸਰਪਣ ਭਾਜੀ ਮਿਲਣਗੇ। ਆਹ ਹੈਗਾ ਵਾਸ਼ਰੂਮ ਜਿੱਥੇ ਹੁਣ ਮੈਂ ਚੱਲਿਆ ਵਾਂ, ਚਲੋ ਮਿਲਦੇ ਹਾਂ ਫਿਰ। ਆਹ ਦੇਖ ਲਓ ਜੀ ਫਰੀ ਢਾਬਾ ਜਲੰਧਰ ਰੋਡ 'ਤੇ ਆ, ਜਿੱਥੇ ਕਦੋਂ ਮਰਜ਼ੀ ਆ ਸਕਦੇ ਹੋ। ਲਓ ਜੀ ਹੁਣ ਅਸੀਂ ਪੀਣ ਲੱਗੇ ਹਾਂ ਚਾਹ, ਆਹ ਦੇਖੋ ਉਹ ਵੀ ਗੁੜ ਵਾਲੀ ਸਪੈਸ਼ਲ ਚਾਹ, ਬੜੀ ਸਵਾਦ। ਆਹ ਦੇਖੋ ਜੀ, ਦੇਖੋ 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 ਬਹੁਤ ਸਵਾਦ ਚਾਹ ਹੈ। ਜਿਹਨੇ ਅੰਮ੍ਰਿਤਸਰ ਆਉਣਾ ਨਾ, ਹੋਰ ਕੋਈ ਢਾਬਾ ਰਸਤੇ 'ਚ ਹੋਵੇ ਨਾ ਹੋਵੇ, ਲਾਡੇ ਪਹਿਲਵਾਨ ਦਾ ਢਾਬਾ ਫਰੀਦ ਢਾਬਾ ਬਹੁਤ ਵਧੀਆ, ਰੋਟੀ ਹਰੇਕ ਚੀਜ਼, ਸਫਾਈ ਵੀ ਬਹੁਤ ਆ, ਬਹੁਤ ਕੁਛ ਆ ਜੀ ਇੱਥੇ। ਆਹ ਦੇਖੋ ਸਨੈਕਸ, ਬੁੱਕਸ, ਉੱਥੇ ਫੋਟੋ ਦੇਖੋ ਕਿੰਨੀਆਂ ਲੱਗੀਆਂ, ਉਹ ਵੀ ਦਿਖਾਉਣਾ ਮੈਂ ਤੁਹਾਨੂੰ। ਥੋੜ੍ਹਾ ਬਹੁਤ ਰਹਿੰਦਾ ਹਮੇਸ਼ਾ, ਇਸ ਟਾਈਮ ਨਾ ਰਾਤ ਦੇ ਵੱਜੇ ਹੋਏ ਆ 11:30 ਜੀ, ਤਾਂ ਵੀ ਦੇਖ ਲਓ ਰਸ਼ ਹੈਗਾ, ਚਹਿਲ ਪਹਿਲ ਪੂਰੀ ਹੈ ਇੱਥੇ। ਰਾਜਮਾ ਲਓ ਜੀ, ਸਾਡੀ ਰੋਟੀ ਆ ਚੁੱਕੀ ਆ, ਸ਼ਾਹੀ ਪਨੀਰ, ਬਟਰ ਨਾਨ, ਸੈਲਡ, ਅਤੇ ਆਹ ਭਾਈ ਸਾਹਿਬ ਜੀ ਦੀ ਨਾ ਹਜੇ ਚਾਹ ਮੁੱਕੀ ਆ ਅਤੇ ਨਾ ਮੁੱਕੀ ਆ ਮੱਠੀ। ਗਾਲਾਂ ਖਾਣ ਵਾਲੇ ਕਰਦੇ ਆ ਕੰਮ, ਚਟਨੀ ਵੀ ਆ ਚੁੱਕੀ, ਚਟਨੀ ਕਰੀਏ ਇੱਧਰ ਯਾਰ, ਚਟਨੀ ਵੀ ਆ ਚੁੱਕੀ ਆ, ਫੁੱਲ ਮਜ਼ੇ ਚੱਲ ਰਹੇ ਨੇ। ਜਲਦੀ ਪੀ ਲਾ ਸਾਲਿਆ, ਭੁੱਖ ਲੱਗੀ ਆ ਮੈਨੂੰ, ਉਹ ਤਾਂ ਕਰਦੇ। ਮਿਲਦੇ ਹਾਂ ਜੀ ਰੋਟੀ ਖਾ ਕੇ, ਰੋਟੀ ਖਾ ਕੇ ਅੱਗੇ ਦਿਖਾਉਂਦੇ ਹਾਂ ਕਿੱਥੇ ਹੌਲੀ ਹੌਲੀ ਰਸਤੇ ਦੇ ਕੋਈ ਨਾ ਕੋਈ ਸੀਨ ਗੋਲਡਨ ਟੈਂਪਲ ਪਹੁੰਚ ਕੇ ਫਿਰ ਦਿਖਾਵਾਂਗੇ ਉੱਥੇ ਦਾ ਕੀ ਮਾਹੌਲ ਚਾਲ ਆ। ਆਹ ਦੇਖ ਲਓ, ਆਹ ਦੇਖ ਲਓ, ਇਹਨੂੰ ਭਰੋਸਾ ਨਹੀਂ ਵੀ ਇਹ ਸਫਾਈ ਕਰਕੇ ਦਿੰਦੇ, ਮੇਰੀ ਵੀ ਕਰਦੇ ਸਾਫ ਯਾਰ, ਚੰਗੀ ਤਰ੍ਹਾਂ ਸਾਫ ਕਰੇ, ਥੋੜ੍ਹਾ ਸੀਨ ਕੱਟ ਕੇ ਦੁਬਾਰੇ ਕਰ ਲੈ। ਹੁਣ ਅਸੀਂ ਜਾ ਰਹੇ ਹਾਂ, ਚਲੋ ਜੀ ਹੁਣ ਸਾਡਾ ਸਫ਼ਰ ਹੋ ਗਿਆ ਫਿਰ ਸ਼ੁਰੂ। ਚਲੋ ਜੀ ਲਓ ਜੀ, ਅੰਮ੍ਰਿਤਸਰ ਅਸੀਂ ਐਂਟਰ ਹੋਣ ਲੱਗੇ ਹਾਂ ਹੁਣ। ਫਾਈਨਲੀ ਗੋਲਡਨ ਗੇਟ ਵਿਦ ਲਾਈਟਿੰਗ, ਕੁੜੀਆਂ ਫੋਟੋਗ੍ਰਾਫੀ ਕਰਾ ਰਹੀਆਂ ਨੇ, ਰੀਲਸ ਬਣਾ ਰਹੀਆਂ ਨੇ, ਰੀਲ ਬਣਨੀ, ਕੁੜੀਆਂ ਚੱਲ ਰਹੇ ਆ ਪੂਰੇ, ਕੁੜੀਆਂ ਨਹੀਂ ਸੀ
ਚਲੋ ਕੁਛ ਤਾਂ ਸੀ ਨਾ चलो ਵਧੀਆ ਗੱਲ ਐ ਸਬਸੂਲ ਆ ਸਾਡੇ ਐਂਟਰ ਕਰ ਚੁੱਕੇ ਆ ਅਸੀਂ ਤੇ ਹੁਣ ਅਸੀਂ ਜਾ ਰਹੇ ਆ ਦਰਬਾਰ ਸਾਹਿਬ ਰੋਡ ਪੂਰੀ ਖਾਲੀ ਆ ਬਿਲਕੁਲ ਕੋਈ ਟ੍ਰੈਫਿਕ ਨਹੀਂ ਹੈਗਾ ਜਾ ਰਹੇ ਆ ਆਪਾਂ ਜਿਹੜਾ ਆਪਣੇ ਉਹ ਕੁਲੀਗ ਨੇ ਆਪਣੇ ਵਾਸਤੇ ਹੋਟਲ ਬੁੱਕ ਕਰਾਇਆ ਨਾ ਓਕੇ 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 ਜਾਵਾਂਗੇ ਸਮਾਨ ਰੱਖਾਂਗੇ ਫਰੈਸ਼ ਹੋਵਾਂਗੇ ਉਸ ਤੋਂ ਬਾਅਦ ਚੋਂ ਆਪਾਂ ਕੁਛ ਦੇਰ ਰੈਸਟ ਕਰਾਂਗੇ ਫਿਰ ਜਾਵਾਂਗੇ ਅਸੀਂ ਗੋਲਡਨ ਟੈਂਪਲ ਤਕਰੀਬਨ 2:30-3 ਵਜੇ ਦੇ ਕਰੀਬ ਮੱਥਾ ਟੇਕ ਕੇ ਆਵਾਂਗੇ ਫਿਰ ਆ ਕੇ 2 ਘੰਟੇ ਸੋਵਾਂਗੇ ਫਿਰ ਆਪਣਾ ਸਵੇਰੇ ਕੰਮ ਕਰਾਂਗੇ ਤੇ ਮੈਂ ਜਾਊਂਗਾ ਜੀ ਫਿਲਮ ਦੇਖਣ ਕਿਉਂਕਿ ਮੈਂ ਹੈਗਾ ਵਿਹਲਾ ਇੱਥੇ ਮੇਰੇ ਕੋਲ ਕੋਈ ਫੰਕਸ਼ਨ ਨਹੀਂ ਹੈਗਾ ਕੱਲ੍ਹ ਦਾ ਨਾ ਕੋਈ ਸ਼ੂਟ ਕਰਨਾ ਮੈਂ ਜੇ ਸ਼ੂਟ ਕਰਨਾ ਹੁੰਦਾ ਮੈਂ ਇਹਦੇ ਨਾਲ ਆਉਂਦਾ ਨਾ ਤੇ ਬਸ ਦੇਖੋ ਹੁਣ ਅੱਗੇ ਸਾਨੂੰ ਪਿਆਰ ਮਿਲਦਾ ਪਤਾ ਲੱਗਦਾ ਲੋਕਾਂ ਨੂੰ ਸਾਡਾ ਵਲੌਗ ਨਾ ਵਧੀਆ ਲੱਗ ਰਿਹਾ ਵਾ ਇਹ ਤੋਂ ਸਾਨੂੰ ਹੋਰ ਅੱਗੇ ਅਸੀਂ ਬਹੁਤ ਅੱਗੇ ਅੱਗੇ ਵਧਾਂਗੇ ਇਸ ਵਿੱਚ ਵਲੌਗਿੰਗ ਵਿੱਚ ਤੇ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਦਿਖਾਵਾਂਗੇ ਚਲੋ ਆ ਤਾਂ ਤੁਸੀਂ ਬਲੌਗਸ ਹਰੇਕ ਕਿਸੇ ਦੇ ਦੇਖੇ ਹੋਣੇ ਹਨਾ ਕੋਈ ਅੰਮ੍ਰਿਤਸਰ ਜਾ ਰਿਹਾ ਕੋਈ ਜਲੰਧਰ ਜਾ ਰਿਹਾ ਜਾਂ ਐਨੀ ਹੋ ਹਨਾ ਕਿੱਥੇ ਮਰਜ਼ੀ ਜਾ ਰਿਹਾ ਕਰਕੇ ਸਾਡੀ ਗਲਤੀ ਦੱਸੋ ਕੋਈ ਦਿੱਕਤ ਨਹੀਂ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਊਗੀ ਪੂਰੀ ਵਧੀਆ ਢੰਗ ਨਾਲ ਗਲਤੀ ਦੱਸੋ ਸਭ ਕੁਛ ਜੋ ਕਹੋਗੇ ਉਦਾਂ ਹੋਊਗਾ ਵਧੀਆ ਵਧੀਆ ਚੀਜ਼ ਬਣੂਗੀ ਲਾਈਫ ਸਟਾਈਲ ਵਲੌਗ ਬਣਾਓਗੇ ਲਾਈਫ ਸਟਾਈਲ ਵਲੌਗ ਬਣਾਵਾਂਗੇ ਜਲਦੀ ਅਸੀਂ ਇੱਕ ਹੋਰ ਵਲੌਗ ਬਹੁਤ ਵਧੀਆ ਜਿਹਦੇ 'ਚ ਤੁਹਾਨੂੰ ਅਲੱਗ ਹੀ ਸਰਪ੍ਰਾਈਜ਼ ਮਿਲੂਗਾ ਉਹ ਵੀ ਸ਼ੋਅ ਕਰਾਂਗੇ ਉਹਦੇ ਵਾਸਤੇ ਸਾਨੂੰ ਦਿੱਲੀ ਜਾਣਾ ਪੈਣਾ ਬਿਲਕੁਲ ਜਲਦੀ ਪਲਾਨ ਕਰਾਂਗੇ ਫਿਲਹਾਲ ਅਸੀਂ ਮਾਲ ਆਫ ਅੰਮ੍ਰਿਤਸਰ ਕ੍ਰੋਸ ਕਰ ਰਹੇ ਹਾਂ ਕਿੱਥੇ ਆ ਗਏ ਪਤਾ ਨਹੀਂ ਯਾਰ ਕਿੱਥੇ ਆ ਗਏ ਕਹਿੰਦੇ ਕਿੱਥੇ ਆ ਗਏ ਉੱਥੇ ਆ ਗਏ ਜਿੱਥੇ ਸਾਡਾ ਕੋਈ ਕੰਮ ਨਹੀਂ ਸੀ ਅਸੀਂ ਉੱਥੇ ਆ ਗਏ ਉੱਥੇ ਆ ਗਏ ਉੱਥੇ ਆ ਗਏ ਅਸੀਂ ਜਿੱਥੇ ਸਾਡਾ ਕੋਈ ਕੰਮ ਨਹੀਂ ਸੀਗਾ ਹੋਟਲ ਹੈਰੀਟੇਜ ਵਿਊ ਅਸੀਂ ਸਟੇਅ ਕੀਤਾ ਵਾ ਜੀ ਇੱਥੇ ਅਤੇ ਹੁਣ ਅਸੀਂ ਜਾ ਰਹੇ ਹਾਂ ਹੋਟਲ ਵਿੱਚ ਆਪਣਾ ਭਾਈ ਸਾਹਿਬ ਹਾਂਜੀ ਵੀਰ ਜੀ ਹੈਗਾ ਜੀ ਦੋ ਫਿਰ ਜੀ ਹਾਂਜੀ ਵੀਰ ਜੀ ਦੋ ਜੀ ਦੋ ਧੰਨਵਾਦ ਜੀ ਸਾਡੇ ਮੈਨੇਜਰ ਸਾਹਿਬ ਇੱਥੇ ਦੇ ਪਰ ਭਾਜੀ ਹੈਪੀ ਵਾਲਾ ਜੀ ਵੀਰੇ ਸਾਡੇ ਬਲੌਗ ਚੱਲਦੇ ਆ ਸ਼ਰਮਾ ਗਿਆ ਵੀਰੇ ਸ਼ਰਮਾਈ ਤਾਂ ਨਹੀਂ ਹੁੰਦਾ ਯਾਰ ਸਾਡਾ ਮੈਨੇਜਰ ਤਾਂ ਬੜਾ ਸ਼ਰਮੀਲਾ ਜਿਹਾ ਨਿਕਲਿਆ ਜ਼ਿੰਦਗੀ 'ਚ ਤਰੱਕੀ ਕਰਨੀ ਦੇਖੋ ਜੀ ਦੇਖੋ ਕਿੱਦਾਂ ਭੱਜਿਆ ਜਾਂਦਾ ਵਾ ਹੌਲੀ ਤੌਰ ਪਾ ਸਾਨੂੰ ਮਿਲਿਆ ਜੀ ਇੱਥੇ 4th ਫਲੋਰ 'ਤੇ ਹੌਲੀ ਮੈਂ ਤਾਂ ਬੋਲ ਰਿਹਾ ਆਲੇ ਦੁਆਲੇ ਬੰਦੇ ਸੁੱਤੇ ਪਏ ਹੋਣੇ ਆ 1:30 ਵਜਿਆ ਹੋਇਆ ਰਾਤ ਦਾ ਇਸ ਲਈ ਕਿਸੇ ਨੂੰ ਡਿਸਟਰਬ ਨਹੀਂ ਕਰਨਾ ਚਾਹੁੰਦਾ ਦੇਖੋ ਵਰਿੰਦਰ ਭਾਅ ਜੀ ਦੋ ਮਾਰਚ ਨੂੰ ਇਹਦੀ ਓਪਨਿੰਗ ਹੋਈ ਆ ਜੀ ਆਹ ਚੱਕੋ ਜੀ ਐਂਟਰੀ ਲੈਟਰ ਜਗਾਓ ਜੀ ਰੂਮ ਦੇਖੋ ਦੇਖੀਏ ਇਹ ਹਮਾਰੇ ਵਰਿੰਦਰ ਭਾਬੀ
हाँ जी दर्शन करे आए हैं असी दरबार साहब दे पंज दर्शन होए बहुत वधिया ब्लॉग च देखो बाबा जी ने सोहने दर्शन दिते सानू कि कोई तोड़ दी बहुत मजा आया शांति हुई आके मिलदी है ना कितने नहीं मिलदी ते सब्सक्राइब करियो प्लीज जे इत्थे तक आने हो ता हाँ जी असी मत्था टेके आए हैं ते हुण असी बाहर निकले हैं गुरुद्वारा साहब तो गोल्डन स्ट्रीट पहुँच चुके हैं जिवें तुसीं देख रहे हो तो हुण भुख लगी आ मैनू तो मैं चलिया कुछ खान जी तुहानू दिखाना हुण आ देखो जी आपां इत्थे चले हैं यानी इहदे विच आइसक्रीम साहब बफल साहब सब्बे आ ते मैं देखदा बफल ते सब्बे ਬਫਲ ਤੇ ਆਈਸਕ੍ਰੀਮ ਖਾਊਂਗਾ ਟਾਈਮ ਨਾਲ ਜੇ ਥੋੜ੍ਹਾ ਜਿਹਾ ਹਲਕਾ ਫੁਲਕਾ ਖਾਵਾਂਗੇ ਵਾਹ ਬਨਿੰਦਰ ਭਾਅ ਜੀ ਤੁਸੀਂ ਬੜੇ ਦਿਨਾਂ ਬਾਅਦ ਮਿਲੇ ਅੱਜ ਮੈਨੂੰ ਆਹੋ ਨਾਲ ਹੀ ਆਇਆ ਸੀ ਅੱਛਾ ਸੱਚ ਭੁੱਲ ਗਿਆ ਸੀ ਭਾਅ ਜੀ ਬਫਲ ਨੂੰ ਹਵਾ ਲਵਾਈ ਜਾ ਰਹੀ ਹੈ ਤਾਂ ਕਿ ਉਹ ਕ੍ਰਿਸਪੀ ਹੋ ਜਾਵੇ ਬਫਲ ਆਰਡਰ ਕਰਤਾ ਸੀ ਮੈਂ ਦੇਖੋ ਦੇਖੋ ਕਾਲਾ ਕਾਲਾ ਜਿਹਾ ਕਾਲਾ ਕਾਲਾ ਜਿਹਾ ਭਾਜੀ ਦੀ ਗੱਲ ਨਹੀਂ ਕਰਦਾ ਮੈਂ ਬਫਲ ਦੀ ਗੱਲ ਕਰਦਾ ਬੋਲਿਆ ਕਰ ਵਲੌਗ ਨਾ ਕਰਦਾ ਖੁੱਲ ਕੇ ਮਤਲਬ ਸੱਚੀ ਬੋਲਿਆ
ब्लॉग नहीं खराब होता भी जिथे मैं घट बोलूंगा उथे ट्यून बोलेगी नहीं तो जी सी कट के मैं उथे ला दया करनी भाजी की अज सी नहीं निकलती पी भाजी की भाजी की अज पैं हुई हुई है अपने दी अखा बंद हो दर्शन करे आए जल्दी करे सवेरे मीटिंग मेरे मैं नहीं कुछ कर रहा इन्हां ने करना है जो करना है हां देखो साडा कपल तैयार हो रहा है बड़े सोने सोने तरीके नाल यार जदे ला जदे लग जाए कोई चक्कर नहीं ते क्या लेना ये कोई शोभा पैक कराने तो बाद मैं कमरे च जाके खाऊंगा इन्हां दा कहना वा के डफूंगा की कहना अख बहुत लाल हो गई ते तो आ पुछा मैं धक्के नाल ही अपने नंबर बना चेक करानी पैनी है अख दिखाओ जे कोई डॉक्टर देख रहा था प्लीज मेरी अख बारे कमेंट कर दो की कर दो जी पैसे देने मैं रखा वा थैंक यू हाँ सारे जाने थैंक यू करो आप बहुत दयालु बंदा वा ते खान पीन बहुत अगे रहा वा प्लान नु भी ਵੀਰੇ ਚੋਕੋ ਅੰਬੋਲ ਦੇ ਦਿਓ ਮੈਨੂੰ ਅੰਬੋਲ ਚੋਕਲੇਟ ਵੀ ਆਪਣੇ ਆਪ ਭਾਜੀ ਪਾ ਰਹੇ ਹਾਂ ਲੈ ਰਹੇ ਬਾਵੀ ਸਾਰੀ ਪਾ ਦੀ ਬਾਵੀ ਸਾਰੀ ਕਿੰਨਾ ਵੀਰੇ ਵੱਡੀਆਂ ਆ ਸਾਡੇ ਵਰਿੰਦਰ ਭਾਜੀ ਅੱਕੇ ਪਏ ਆ ਪੱਕੇ ਪਏ ਆ ਹੁਣ ਥੱਕੇ ਵੀ ਪਏ ਆ ਜਦੋਂ ਬੰਦੇ ਦਾ 15-15 ਹਜ਼ਾਰ ਰੁਪਇਆ ਫੁੱਕ ਜਾਂਦਾ ਨਾ ਤਾਂ ਬੰਦਾ ਥੱਕ ਜਾਂਦਾ ਨਹੀਂ ਤੂੰ ਹੁਣ ਪੈਸੇ ਕਰਾਣੇ ਆ ਉਹ ਤਾਂ ਫਾਪੜੇ ਨਾ ਖਾ ਲਈ ਉਹ ਲੋਕਾਂ ਸਾਹਮਣੇ ਕਹਿ ਰਿਹਾ ਆਈਸਕ੍ਰੀਮ ਖਾਣਾ ਓ ਯਾਰ ਇਦਾਂ ਤੂੰ ਕਹਿ ਮੈਂ ਕੁਛ ਨਹੀਂ ਖਾਣਾ ਹੱਥ ਨਾ ਪਾਈ ਕਿਸੇ ਚੀਜ਼ ਨੂੰ ਮੇਰੀ ਉੱਥੇ ਬੈਠਣ ਨੂੰ ਮੌਤ ਪੈਂਦੀ ਪਈ ਸੀਗੀ ਜੇ ਉੱਥੇ ਬਹਿ ਜਾਂਦਾ ਮੈਂ ਚਾਚਾ ਬਹਿ ਕੇ ਖਾ ਹੀ ਲੈਂਦਾ ਜਾ ਰਹੇ ਹਾਂ ਆਪਣੇ ਹੋਟਲ ਵੱਲ ਨੂੰ ਆਹ ਦੇਖ ਲਓ ਆਹ ਡੰਗਰ ਦੇਖ ਲਓ ਡੰਗਰ ਨੇਰਾ ਇੱਛਾ ਜੀ ਦੋ ਦੋ ਇੱਕ ਵਾਫਲ ਨੇਰਾ ਉੱਪਰੋਂ ਚਾਕਲੇਟ ਫਲੇਵਰ ਕਹਿੰਦਾ ਨੇਰਾ ਇਸ਼ਕਾ ਨੇਰਾ ਜੀ ਨੇਰਾ ਉਹ ਵੀ ਸਵੇਰੇ 5 ਵਜੇ ਖਾਣ ਦਾ ਤਾਂ ਨਜ਼ਾਰਾ ਹੀ ਅਲੱਗ ਆ ਮੈਂ ਕਿਹਾ ਜੇ ਤੁਸੀਂ ਆਉਂਗੇ ਜ਼ਰੂਰ ਖਾਇਓ ਐ ਜੇ ਬੰਦੇ ਨੂੰ ਨਾਲ ਨਾਲ ਲੈ ਕੇ ਆਇਓ ਬਸ ਆ ਜੇ ਮੈਂ ਨਾ ਹੁੰਦਾ ਤੂੰ ਨੇਰਾ ਇਸ਼ਕਾ ਇੰਜੋਏ ਨਾ ਕਰਦਾ ਹੁੰਦਾ ਆ ਕਹਿੰਦਾ ਕਿ ਛੇਤੀ ਤੁਰੋ ਮੈਂ ਨਾ ਨਾਲ ਨਾਲ ਨੇਰਾ ਇਸ਼ਕਾ ਇੰਜੋਏ ਨਾ ਕਰਦਾ ਹੁੰਦਾ ਅੱਜ ਤੂੰ ਉਹ ਵੱਖਰੀ ਗੱਲ ਆ ਮੈਂ ਮੰਨਦਾ ਵੀ ਬਹੁਤ ਧੰਨਵਾਦ ਦਿਲ ਤੋਂ ਧੰਨਵਾਦ ਕਰਦਾ ਤੁਹਾਡਾ ਵੱਖਰੀ ਗੱਲ ਆ ਵੀ ਮੇਰੇ ਨਾਲ ਆਏ ਮੈਂ ਕਹਿੰਦਾ ਵੀ ਮਿਲ ਕੇ ਆਪਣਾ ਕੰਮ ਚਲੋ ਵਧੀਆ ਚੱਲ ਰਹੇ ਆ ਵਧੀਆ ਚੱਲ ਰਿਹਾ ਉਹ ਤਾਂ ਤੇਰੀ ਮਾੜੀ ਮੁੱਟੀ ਅਤੇ ਮੇਰੀ ਸੇਵਾ ਦੀ ਨਤੀਜਾ ਤੇਰਾ ਢਿੱਡ ਪੈ ਜਾ ਤੇਰਾ ਢਿੱਡ ਮੇਰੀ ਸੇਵਾ ਦਾ ਨਤੀਜਾ ਹੀ ਆ ਓ ਵਾਹਿਗੁਰੂ ਮਹਾਰਾਜ ਜੀ ਸਿੰਘ ਜੀ ਦਾ ਸਟੈਚੂ ਬਹੁਤ ਸੋਹਣਾ ਲੱਗ ਰਿਹਾ ਸੈਕਿੰਡ ਬਲੌਗ ਦੇ ਵਿੱਚ यही कुछ दिखा सकते हैं तुहानू असीं क्योंकि इस टाइम बहुत थके हुए हैं बहुत ज़्यादा थके हुए हैं हाँ बाकी थोड़ा बहुत सवेरे थोड़ी बहुत शॉपिंग करनी है 100-100 रुपए टी शर्ट लभनिया सी 4 बजे चो जो लभ गई तुहानू हुण असीं सैकंड ब्लॉग च तुहानू यह दिखावांगे कि करना आपां 4 बाजार जावांगे जे हो सकिया तां 100-100 रुपए टी शर्ट खरीदनी 100-100 वालियां वध नहीं 1 रुपया वध नहीं लाउणा ਕਦੀਆਂ ਜਿੰਮ 'ਚ ਪਾਉਣੀਆਂ ਹੁੰਦੀਆਂ ਨਾ ਆਪਾਂ ਜਿੰਮ 'ਚ ਪਾਉਣ ਲਈ ਬਸ 100-100 ਰੁਪਏ ਟੀ ਸ਼ਰਟਾਂ ਖਰੀਦਣੀਆਂ ਨੇ ਮਜ਼ੇ ਕਰਨੇ ਨੇ ਵਫਾ ਉਹ ਇੱਥੋਂ ਸਾ ਬਿਜ਼ੀ ਨਾਈਟ ਨਾ ਉਹਦਾ ਲੱਗਿਆ ਆਹ ਖਾਣ 'ਤੇ ਜ਼ੋਰ ਦਿੱਤਾ ਡੱਕਿਆ ਪਿਆ ਵਾ ਪੂਰਾ ਚਲੋ ਗਾਇਸ ਹੋਟਲ ਵੱਲ ਨੂੰ ਜਾ ਰਹੇ ਹਾਂ ਮਿਲਦੇ ਆਓ ਜੀ ਆਪਾਂ ਆਪਣੇ ਹੋਟਲ ਪਹੁੰਚ ਚੁੱਕੇ ਹਾਂ ਹੋਟਲ ਹੈਰੀਟੇਜ ਵਿਊ ਸਾਡੇ ਬੰਦੇ ਨੇ ਬਹੁਤ ਹੀ ਵਧੀਆ ਕੰਮ ਕੀਤਾ ਕਿ ਸਿਰਫ ਦਰਬਾਰ ਸਾਹਿਬ ਤੋਂ 5 ਮਿੰਟ ਦੀ ਦੂਰੀ 'ਤੇ ਬੁੱਕ ਕਰਾਇਆ ਸਾਡੀ ਗੱਡੀ ਖੜ੍ਹੀ ਆ ਰਿਸੈਪਸ਼ਨ ਵਾਲੇ ਭਾਈ ਸਾਹਿਬ ਜੀ ਸੌਂ ਚੁੱਕੇ ਆ ਮੈਂ ਜਰਾ ਕਿਹਦੇ 'ਚ ਫੋਟੋਆਂ ਰੱਖਦਾ ਫੋਟੋਆਂ ਜ਼ਰੂਰੀ ਆ ਰੱਖਣੀਆਂ
ਬਾਕੀ ਫਿਰ ਜੂਠੇ ਮਿੱਠੇ ਹੱਥ ਲੱਗਦੇ ਆ ਦੇਗ ਉੱਤੇ ਏਸੀ 'ਚ ਰੱਖਾਂਗੇ। ਹੁਣ ਅਸੀਂ ਕਰਾਂਗੇ ਜੀ ਰੈਸਟ, ਬਾਕੀ ਤੁਹਾਨੂੰ ਮਿਲਾਂਗੇ ਜੀ ਸਵੇਰੇ, ਜੋ ਵੀ ਹੋਊਗਾ ਦਿਖਾਵਾਂਗੇ ਬਾਕੀ ਕੁਛ ਸਵੇਰੇ। ਹੈਲੋ ਗਾਇਸ, ਸਤਿ ਸ਼੍ਰੀ ਅਕਾਲ ਜੀ। ਫੇਸ ਅਸੀਂ ਅੱਜ ਨਹੀਂ ਦਿਖਾਵਾਂਗੇ ਕਿਉਂਕਿ ਅਸੀਂ ਫੇਸ ਦਿਖਾਉਣ ਜੋਗੇ ਰਹੇ ਨਹੀਂ ਅੱਜ, ਅਸੀਂ ਜਾ ਰਹੇ ਹਾਂ ਵਾਪਸ ਲੁਧਿਆਣੇ ਨੂੰ। ਮੀਟਿੰਗ ਸਾਡੀ ਸਕਸੈਸਫੁਲ ਰਹੀ, ਕੰਮ ਸਾਡਾ ਵਧੀਆ ਰਿਹਾ, ਬਸ ਥੋੜ੍ਹਾ ਜਿਹਾ ਜਲਦੀ ਨਿਬੜ ਗਿਆ ਤਾਂ ਜਲਦੀ ਜਾ ਰਹੇ ਹਾਂ। ਇਹ ਭਾਈ ਸਾਹਿਬ ਜੀ ਮੇਰੀ ਮੀਟਿੰਗ ਦਾ ਸੋਚ ਕੇ ਨਾ ਫਿਲਮ ਦੇਖਣ ਗਏ ਸੀਗੇ। ਕਿਹੜੀ? ਟ੍ਰਿਪਲ ਆਰ ਦੇਖ ਲਈ ਵੀਰੇ? ਹਾਂਜੀ ਵੀਰੇ, ਪੂਰੇ ਪੂਰੇ 10 ਮਿੰਟ ਮੈਂ ਫਿਲਮ ਦੇਖਿਆ ਮੈਂ। 200 ਰੁਪਇਆ ਲਾ ਕੇ, 210 ਰੁਪਏ ਵੀਰੇ, 210 ਰੁਪਏ ਨਹੀਂ, 250 ਲਾ ਲਾ, 40 ਰੁਪਏ ਪਾਰ ਪਈ ਹੈ। ਤੇ ਆਪਾਂ ਕੀ ਕਹਿੰਦੇ ਆ, ਫਿਰ ਆਪਾਂ ਇਹਦੀ ਕਰਤੀ ਫਿਲਮ ਬਰਬਾਦ। ਬਰਬਾਦ ਜਿਸ ਹੋਏ ਵੀਰੇ, ਮਿਸਾਈਲ ਸਿੱਟਤੀ। ਅਸੀਂ ਹੁਣ ਟਾਈਮ ਨਾਲ ਜੇ ਪਹੁੰਚ ਗਏ, ਪਹੁੰਚ ਕੇ ਮੈਂ ਪਹਿਲਾਂ ਫਿਲਮ ਦੇਖਾਂਗਾ, ਆਪਾਂ ਫਿਲਮ ਦੇਖਾਂਗੇ ਅੱਜ ਪੱਕਾ। ਅੱਜ ਆਪਾਂ ਪਹਿਲਾਂ ਜਾਂਦੇ ਟ੍ਰਿਪਲ ਆਰ ਫਿਲਮ ਦੇਖਾਂਗੇ, ਫਿਰ ਕੱਲ ਨੂੰ ਮੇਰੇ ਜਿਹੜੇ ਥੋੜੇ ਬਹੁਤੇ ਕੰਮ ਨੇ ਉਹ ਕਰਕੇ ਕੱਲ ਨੂੰ ਵਿਹਲਾ। ਹਾਂਜੀ ਠੀਕ ਆ, ਕੱਲ ਨੂੰ ਫਿਰ ਆਪਾਂ ਤੂੰ ਵਲੌਗ ਦੀ ਐਡੀਟਿੰਗ ਕਰ ਲਈ ਤੇ ਲੱਕੜਾਂ ਵੱਢਦਾ ਪੂਰੀਆਂ। ਇਹਨਾਂ ਦੇ ਘਰੇ ਉਹ ਪੋਸ਼ਾਕ ਬਣਦੀ ਨਾ ਬਾਲਕ੍ਰਿਸ਼ਨ ਜੀ ਦੀਆਂ, ਬਿਸਤਰ ਬਣਦੇ ਨੇ ਬਾਲਕ੍ਰਿਸ਼ਨ ਜੀ ਦੇ, ਉਹਨਾਂ ਦੇ ਸੋਫੇ ਬੈਡ ਏਦਾਂ ਦੀ ਚੀਜ਼ਾਂ ਹਨਾ। ਤੇ ਤਾਂ ਕਰਕੇ ਇਹ ਵਿਚਾਰਾ ਲੱਕੜਾਂ ਦਾ ਬਣਦਾ, ਲਾ ਕੇ ਐਨਕਾਂ ਪਾ ਕੇ ਇੱਕ ਰੇਨਕੋਟ ਜਿਹਾ ਬਹਿ ਜਾਂਦਾ ਵਾ। ਬਸ ਜਾ ਰਹੇ ਹਾਂ ਜੀ, ਥੋੜ੍ਹਾ ਜਿਹਾ ਇੱਕ ਸਾਈਡ 'ਤੇ ਅੰਮ੍ਰਿਤਸਰ 'ਚ ਥੋੜ੍ਹਾ ਜਿਹਾ ਸਾਈਡ 'ਤੇ ਕੰਮ ਆ, ਬਸ ਉਹ ਕੰਮ ਨਿਬੇੜ ਕੇ ਫਿਰ ਅਸੀਂ ਵਾਪਸ ਜਾਂਦੇ ਹਾਂ। ਜਾਂਦੇ ਹੋਏ ਹਵੇਲੀ 'ਚ ਰੁਕਾਂਗੇ, ਤੁਹਾਨੂੰ ਵਿਊ ਦਿਖਾਵਾਂਗੇ, ਅਸੀਂ ਰੋਟੀ ਖਾਵਾਂਗੇ ਅਤੇ ਬਾਕੀ ਫਿਰ ਮਿਲਦੇ ਹਾਂ ਜੀ ਅੱਗੇ। ਓਕੇ ਬਾਏ ਬਾਏ। ਹਾਂਜੀ, ਸਾਨੂੰ ਲੱਗੀ ਹੋਈ ਸੀ ਭੌਕਾ, ਅਸੀਂ ਆ ਗਏ ਹਾਂ ਹਵੇਲੀ। ਹਵੇਲੀ ਦੇਖਦੇ ਹਾਂ, ਹੁਣ ਖਾਂਦੇ ਹਾਂ ਰੋਟੀ ਪਾਣੀ ਇੱਥੇ ਅਤੇ ਫਿਰ ਅਸੀਂ ਬਲੌਗ ਕਰ ਦਾਂਗੇ ਖਤਮ ਅੱਜ ਦਾ। ਫਿਰ ਅਸੀਂ ਜਾਵਾਂਗੇ ਘਰੇ, ਥੱਕੇ ਪਏ ਹਾਂ ਬੁਰੇ। ਅੱਜ 2 ਦਿਨ ਹੋ ਗਏ ਸੁੱਤਿਆਂ ਨੂੰ, 2 ਕਿ 3 ਦਿਨ ਹੀ ਹੋ ਗਏ। ਮੇਰੀ ਤਾਂ ਅੱਖ ਦਾ ਤਾਂ ਪੈਂ ਹੋਇਆ ਜਿਵੇਂ ਵਾਲਾ ਸੂਏ ਮਾਰ ਮਾਰ ਲੜ ਕੀਤੀ ਹੁੰਦੀ। ਯਾਰ ਬੁਰਾ ਹਾਲ ਹੋਇਆ ਪਿਆ ਪੂਰਾ। ਮੌਸਮ ਬਹੁਤ ਗਰਮ ਹੋਇਆ ਹੋਇਆ, ਅੱਜ ਧੁੱਪ ਪੂਰੀ ਟਕਾ ਕੇ ਨਿਕਲੀ ਹੋਈ ਆ। ਮਤਲਬ ਬਸ ਚੱਲ ਹੀ ਆ ਰਿਹਾ ਯਾਰ, ਕੀ ਦੱਸੀ ਹੁਣ ਤੁਹਾਨੂੰ ਅਸੀਂ। ਕਿੰਨੇ ਸੌ ਜੇ ਮੁੰਡੇ ਵਿਚਾਰੇ VIP ਪਾਰਕਿੰਗ ਲਾਈਏ। ਚਲੋ ਜੀ।